ਦੇਖੋ ਬਾੜਮੇਰ ਮੈਨੇਜਰ ਸਾਹਿਬ ਗਏ ਵੀ ਸੀ ਉੱਥੇ, ਰੋਸ਼ਨ ਮਹਾਤਮਾ ਦਾ ਡੇਰਾ ਵੀ ਬਣਿਆ ਹੋਇਆ ਕਿ ਬਾੜਮੇਰ ਦੇ ਰਹਿਣ ਵਾਲਾ, ਮੈਂ ਤਾਂ ਨਾਂ ਹੀ ਪਹਿਲੀ ਵਾਰ ਸੁਣਿਆ ਐਡਾ ਬੱਚਾ। ਉੱਥੇ ਹਿਰਨ ਕੁਦਰੇ ਡੇਰੇ ਦੀ ਗੱਲ ਹੈ ਜੀ, ਕਮਾਲ ਦੀ ਗੱਲ ਹੈ। ਦੇਖੋ ਆਪਾਂ ਸਾਰੇ ਪੁਰਾਣੇ ਸਤਸੰਗੀ ਹਾਂ, ਜਿਨ੍ਹਾਂ ਨੇ ਇੱਕ ਵਾਰੀ ਸੰਤਾਂ ਦੇ ਦਰਸ਼ਨ ਕਰ ਲਏ, ਸਾਨੂੰ ਨਹੀਂ ਭਰੋਸਾ ਹੋਇਆ, ਨਾਮ ਨਹੀਂ ਜਪਿਆ, ਉਹ ਬੰਦੇ ਦੀ ਯੋਨੀ ਤੋਂ ਘੱਟ ਨਹੀਂ ਜਾਂਦਾ, ਬੰਦੇ ਦੀ ਯੋਨੀ 'ਚ ਜ਼ਰੂਰ ਜਾਊਗਾ। ਆਪਾਂ ਬੜੇ ਭਾਗਸ਼ਾਲੀ ਹਾਂ ਬਾਈ, ਇਸ ਮੌਕੇ ਦਾ ਫਾਇਦਾ ਉਠਾਓ ਅਤੇ ਸਿਮਰਨ ਜ਼ਰੂਰ ਕਰੋ। ਚੱਲਦੇ ਫਿਰਦੇ ਸੌਂਦੇ ਜਾਗਦੇ ਇੱਕ ਮਿੰਟ ਵੀ ਨਾ ਛੱਡੋ, ਸੁਬਹਾ ਸ਼ਾਮ ਜ਼ਰੂਰ ਬਿਠਾਓ। ਸੁਬਹਾ ਸ਼ਾਮ ਆਪਾਂ ਰੋਟੀ ਖਾਂਦੇ ਹਾਂ, ਇਸੇ ਤਰ੍ਹਾਂ ਸਾਨੂੰ ਆਦਤ ਪਾਓ, ਸੁਬਹਾ ਸ਼ਾਮ ਘੰਟਾ ਅੱਧਾ ਘੰਟਾ ਜ਼ਰੂਰ ਬੈਠਿਆ ਕਰੋ। ਲਾਂਤ ਮਾਰਿਆ ਕਰੋ ਵੀ ਅੱਜ ਦਿਨੇ ਤੂੰ ਕੀ ਕੰਮ ਕੀਤਾ, ਕਿਤਨੀ ਬੰਦਗੀ ਕੀਤੀ, ਕੀ ਕੁਛ ਕੀਤਾ, ਜ਼ਰੂਰ ਬਿਠਾਇਆ ਕਰੋ। ਹਾਂਜੀ ਤੇਰਾ ਰਾਮ ਰੱਖ ਲੂੰ, ਉਹਦਾ ਬਸ ਵਿਸ਼ਵਾਸ ਸੀਗਾ। ਤੱਤੇ ਤੰਮ ਤੇ ਕੀੜੀ ਚੱਲਦੀ ਦਿਖਾਈ ਦੇਤੀ, ਰੂਪ ਧਾਰਿਆ ਕੀੜੀ ਦਾ, ਉਹ ਰਾਮ ਸਭ ਦੇ ਅੰਦਰ ਹੈ। ਜਿਵੇਂ ਹਨੂੰਮਾਨ ਜੀ ਮਹਾਰਾਜ ਨੇ ਛਾਤੀ ਪਾੜ ਕੇ ਰਾਮ ਦਿਖਾਇਆ, ਉਹ ਰਾਮ ਸਭ ਦੇ ਅੰਦਰ। ਚੌਥਾ ਰਾਮ, ਜਿਸ ਟਾਈਮ ਇਹ ਭਗਤਾਂ ਨੇ ਇਹ ਗੱਲ ਸੁਣਾਈ, ਕੋਈ ਮੰਨਦਾ ਨਹੀਂ ਸੀਗਾ। ਹਨੂੰਮਾਨ ਜੀ ਨੇ ਛਾਤੀ ਪਾੜ ਕੇ ਰਾਮ ਦਿਖਾਇਆ, ਸਾਰਿਆਂ ਦੇ ਅੰਦਰ ਹੈ ਜੋ ਇਹਨੂੰ ਪ੍ਰਗਟ ਕਰੇ। ਇਹ ਛਿਪਿਆ ਹੋਇਆ ਰਾਮ ਹੈ, ਮਿਹਨਤ ਬੜੀ ਕਰਨੀ ਪੈਂਦੀ ਹੈ। ਚੌਥਾ ਰਾਮ ਕਹਿੰਦੇ ਜਿਹਨੂੰ, ਹਾਜ਼ਰ ਨਾਜ਼ਰ ਜਿੰਦਾ ਰਾਮ। ਹਾਂਜੀ।